ਰਾਘਵ ਚੱਡਾ ਦੀ ਐਂਟਰੀ ਨੇ ਸਾਬਿਤ ਕਰ ਦਿੱਤਾ ਕਿ ਮੁੱਖ ਮੰਤਰੀ ਮਾਨ ਪੰਜਾਬ ਨੂੰ ਦਿੱਲੀ ਦੇ ਹੱਥਾਂ ਵਿੱਚ ਦੇਣ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਦੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਵੱਲੋਂ ਰਾਘਵ ਚੱਡਾ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਲਗਾਏ ਜਾਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰਾਘਵ ਚੱਡਾ ਦੀ ਐਂਟਰੀ ਨੇ ਇਹ ਸਾਬਿਤ ਕਰ ਦਿੱਤਾ ਕਿ ਮੁੱਖ ਮੰਤਰੀ ਮਾਨ ਪੰਜਾਬ ਨੂੰ ਦਿੱਲੀ ਦੇ ਹੱਥਾਂ ਵਿੱਚ ਦੇਣ ਜਾ ਰਿਹਾ ਹੈ। ਸਾਬਕਾ ਵਿਧਾਇਕ ਰਾਠਾ ਨੇ ਇੱਥੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਮਿਲਣ ਲਈ ਰੱਖੇ ਪ੍ਰੋਗਰਾਮ ਦੌਰਾਨ ਕਿਹਾ ਕਿ ਭਾਵੇਂ ਪੰਜਾਬ ਦੇ ਲੋਕਾਂ ਨੇ ਸਰਕਾਰ ਬਣਾਉਣ ਸਮੇਂ ਬਦਲਾਅ ਲਈ ਆਪ ਨੂੰ ਭਾਰੀ ਬਹੁਮਤ ਦਿੱਤਾ, ਪਰ ਹੁਣ ਲੋਕ ਦਿੱਲੀ ਦੀ ਅਧੀਨਗੀ ਵੱਲ ਵੱਧ ਰਹੇ ਪੰਜਾਬ ਨੂੰ ਦੇਖ ਕੇ ਪਛਤਾ ਰਹੇ ਹਨ। ਭੁੱਲੇਵਾਲ ਰਾਠਾ ਨੇ ਕਿਹਾ ਕਿ ਅਸੀਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਜੇਜੋ ਤੋਂ ਜਲੰਧਰ ਨੂੰ ਟ੍ਰੇਨ ਚੜ੍ਹਨੀ ਚਾਹੀਦੀ ਹੈ, ਇਸ ਨਾਲ ਗੁਰਸ਼ੰਕਰ ਦੇ ਲੋਕਾਂ ਦਾ ਬਹੁਤ ਫਾਇਦਾ ਹੋਵੇਗਾ। ਭੁੱਲੇਵਾਲ ਰਾਠਾ ਨੇ ਕਿਹਾ ਕਿ ਜੇਜੋ ਤੋਂ ਜਲੰਧਰ ਟ੍ਰੇਨ ਲਈ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਛੇਤੀ ਹੀ ਮਿਲਣਗੇ। ਦੇਖੋ, ਪੰਜਾਬ ਸਰਕਾਰ ਨੇ ਸ਼ਰਾਬ ਸਸਤੀ ਕੀਤੀ ਕਿਉਂਕਿ ਮੁੱਖ ਮੰਤਰੀ ਆਪ ਰਾਜੀ ਪੀਂਦਾ। ਉਹਨਾਂ ਕਿ ਜਦੋਂ ਮੈਂ ਪੀਂਦਾ ਮੈਨੂੰ ਮਹਿੰਗੀ ਮਿਲਦੀ ਹੈ ਤੇ ਮੈਂ ਬਾਕੀ ਲੋਕਾਂ ਨੂੰ ਸਸਤੀ ਦੇ ਦਿਆਂ। ਉਹ ਮੈਂ ਦੇਖਦਾ ਕਿ ਸਾਡਾ ਕਾਰੋਬਾਰ ਵੀ ਅਸੀਂ ਕਰਦੇ, ਮਿੱਠਿਆਂ ਦਾ ਕਾਰੋਬਾਰ ਆ। ਉਹ ਛੋਟੇ ਛੋਟੇ ਨਿਆਣੇ ਅਧਿਕੇ ਪਾਊ ਇਹ ਜੇਬਾਂ 'ਚ ਪਾ ਕੇ ਪੀਂਦੇ ਪੀਂਦੇ ਤੇ ਘਰ ਦੇ ਉਹਨਾਂ ਅਸੀਂ ਲੜਾਈ ਲੜ ਉਹਨਾਂ ਦੇ ਘਰਾਂ 'ਚ ਲੜਾਈ ਹੁੰਦੀ ਆ। ਕਹਿੰਦੇ ਸਾਡੇ ਨਿਆਣੇ ਵੀ ਮੁੱਖ ਮੰਤਰੀ ਨੇ ਸ਼ਰਾਬ ਨੂੰ ਲਾਤੇ ਆ। ਅੱਜ ਸ਼ਰਾਬ ਸਸਤੀ ਦਾ ਨਾਂ ਦੇ ਕੇ ਹੁਣ ਫਿਰ ਮਹਿੰਗੀ ਮਿਲਦੀ ਆ। ਉਹ ਇੱਕ ਇੱਕ ਵੀ ਫੈਸਲੇ 'ਤੇ ਕਦੇ ਕਾਇਮ ਨਹੀਂ ਰਹੇ।